ਇਹ ਜੀ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ 'ਤੇ, ਅਤੇ ਇੱਕ ਇੰਡੈਵਰ ਗੱਡੀ ਅਸੀਂ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ, ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼ ਨੂੰ ਅਸੀਂ ਇਨਕਮ ਟੈਕਸ ਅਫੀਸ਼ੀਅਲ ਦੇ ਹਵਾਲੇ ਕਰ ਤੱਕ ਕਾਲ ਕਰਕੇ ਮੌਕੇ 'ਤੇ ਉਹਨਾਂ ਨੇ ਹੁਣ ਇਹ ਸਾਰਾ ਉਹਨਾਂ ਨੂੰ ਨੋਟਿਸ ਦੇ ਤੇ ਕੈਸ਼ ਅਸੀਂ ਜ਼ਬਤ ਕਰ ਲਿਆ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਉੱਤੇ ਜਿਹੜੀ ਕਾਰਵਾਈ ਕਰੀ। ਟੋਟਲ ਕੈਸ਼ ਕਿੰਨਾ ਸੀ ਜੀ? 1,70,17,000। ਇਹ ਕਿੰਨੇ ਕਿੰਨੇ ਦੇ ਨੋਟ ਸੀਗੇ ਜੀ? 500 ਦੇ ਸਾਰੇ। ਸਾਰੇ 500 ਦੇ ਜੀ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਪਾਣੀਪਤ ਤੋਂ ਆਇਆ ਸੀ, ਗੋਬਿੰਦਗੜ੍ਹ ਚੱਲਿਆ ਸੀ। ਆਪਣਾ ਇਹਨਾਂ ਦੇ ਕੋਈ ਪਹਿਲਾਂ ਕੋਈ ਹੋਰ ਕੋਈ ਜਾਣਕਾਰੀ ਦੇ ਮੁਤਾਬਕ ਕੁਛ ਮਿਲਿਆ ਹੋਇਆ ਪਿਛਲਾ ਰਿਕਾਰਡ ਕੋਈ ਜਾਂ ਕਿਵੇਂ ਕੋਈ? ਪਿਛਲਾ ਰਿਕਾਰਡ ਤਾਂ ਕਲੀਨ ਸੀ ਇਹਨਾਂ ਦਾ। ਇਹਨਾਂ ਨੇ ਕੋਈ ਜਵਾਬ ਦੇ ਨਹੀਂ ਪਾਏ ਜਾਂ ਕਿਵੇਂ ਜੀ ਲੱਗਦਾ? ਤੁਹਾਨੂੰ ਕੋਈ ਦਿਖਾ ਨਹੀਂ ਪਾਏ ਕਾਗਜ਼ ਕਿੱਥੋਂ ਆ ਰਹੇ ਸੀ ਪੈਸੇ ਲੈ ਕੇ? ਨਹੀਂ ਜੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ? ਹੁਣ ਕੈਸ਼ ਇਹਨਾਂ ਦਾ ਜ਼ਬਤ ਹੋ ਗਿਆ ਜੀ, ਅਤੇ ਇਨਕਮ ਟੈਕਸ ਕਾਰਵਾਈ ਕਰੂਗਾ ਜਿਹੜੀ ਕਰਨੀ ਇਹਨਾਂ ਦਾ। ਇਹ ਜੀ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ 'ਤੇ, ਅਤੇ ਇੱਕ ਇੰਡੈਵਰ ਗੱਡੀ ਅਸੀਂ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ, ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼ ਨੂੰ ਅਸੀਂ ਇਨਕਮ ਟੈਕਸ ਅਫੀਸ਼ੀਅਲ ਦੇ ਹਵਾਲੇ ਕਰ ਤੱਕ ਕਾਲ ਕਰਕੇ ਮੌਕੇ 'ਤੇ ਉਹਨਾਂ ਨੇ ਹੁਣ ਇਹ ਸਾਰਾ ਉਹਨਾਂ ਨੂੰ ਨੋਟਿਸ ਦੇ ਤੇ ਕੈਸ਼ ਅਸੀਂ ਜ਼ਬਤ ਕਰ ਲਿਆ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਉੱਤੇ ਜਿਹੜੀ ਕਾਰਵਾਈ ਕਰੀ। ਟੋਟਲ ਕੈਸ਼ ਕਿੰਨਾ ਸੀ ਜੀ? 1,70,17,000। ਇਹ ਕਿੰਨੇ ਕਿੰਨੇ ਦੇ ਨੋਟ ਸੀਗੇ ਜੀ? 500 ਦੇ ਸਾਰੇ। ਸਾਰੇ 500 ਦੇ ਜੀ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਪਾਣੀਪਤ ਤੋਂ ਆਇਆ ਸੀ, ਗੋਬਿੰਦਗੜ੍ਹ ਚੱਲਿਆ ਸੀ। ਆਪਣਾ ਇਹਨਾਂ ਦੇ ਕੋਈ ਪਹਿਲਾਂ ਕੋਈ ਹੋਰ ਕੋਈ ਜਾਣਕਾਰੀ ਦੇ ਮੁਤਾਬਕ ਕੁਛ ਮਿਲਿਆ ਹੋਇਆ ਪਿਛਲਾ ਰਿਕਾਰਡ ਕੋਈ ਜਾਂ ਕਿਵੇਂ ਕੋਈ? ਪਿਛਲਾ ਰਿਕਾਰਡ ਤਾਂ ਕਲੀਨ ਸੀ ਇਹਨਾਂ ਦਾ। ਇਹਨਾਂ ਨੇ ਕੋਈ ਜਵਾਬ ਦੇ ਨਹੀਂ ਪਾਏ ਜਾਂ ਕਿਵੇਂ ਜੀ ਲੱਗਦਾ? ਤੁਹਾਨੂੰ ਕੋਈ ਦਿਖਾ ਨਹੀਂ ਪਾਏ ਕਾਗਜ਼ ਕਿੱਥੋਂ ਆ ਰਹੇ ਸੀ ਪੈਸੇ ਲੈ ਕੇ? ਨਹੀਂ ਜੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ? ਹੁਣ ਕੈਸ਼ ਇਹਨਾਂ ਦਾ ਜ਼ਬਤ ਹੋ ਗਿਆ ਜੀ, ਅਤੇ ਇਨਕਮ ਟੈਕਸ ਕਾਰਵਾਈ ਕਰੂਗਾ ਜਿਹੜੀ ਕਰਨੀ ਇਹਨਾਂ ਦਾ। ਇਹ ਜੀ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ 'ਤੇ, ਅਤੇ ਇੱਕ ਇੰਡੈਵਰ ਗੱਡੀ ਅਸੀਂ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ, ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼ ਨੂੰ ਅਸੀਂ ਇਨਕਮ ਟੈਕਸ ਅਫੀਸ਼ੀਅਲ ਦੇ ਹਵਾਲੇ ਕਰ ਤੱਕ ਕਾਲ ਕਰਕੇ ਮੌਕੇ 'ਤੇ ਉਹਨਾਂ ਨੇ ਹੁਣ ਇਹ ਸਾਰਾ ਉਹਨਾਂ ਨੂੰ ਨੋਟਿਸ ਦੇ ਤੇ ਕੈਸ਼ ਅਸੀਂ ਜ਼ਬਤ ਕਰ ਲਿਆ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਉੱਤੇ ਜਿਹੜੀ ਕਾਰਵਾਈ ਕਰੀ। ਟੋਟਲ ਕੈਸ਼ ਕਿੰਨਾ ਸੀ ਜੀ? 1,70,17,000। ਇਹ ਕਿੰਨੇ ਕਿੰਨੇ ਦੇ ਨੋਟ ਸੀਗੇ ਜੀ? 500 ਦੇ ਸਾਰੇ। ਸਾਰੇ 500 ਦੇ ਜੀ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਪਾਣੀਪਤ ਤੋਂ ਆਇਆ ਸੀ, ਗੋਬਿੰਦਗੜ੍ਹ ਚੱਲਿਆ ਸੀ। ਆਪਣਾ ਇਹਨਾਂ ਦੇ ਕੋਈ ਪਹਿਲਾਂ ਕੋਈ ਹੋਰ ਕੋਈ ਜਾਣਕਾਰੀ ਦੇ ਮੁਤਾਬਕ ਕੁਛ ਮਿਲਿਆ ਹੋਇਆ ਪਿਛਲਾ ਰਿਕਾਰਡ ਕੋਈ ਜਾਂ ਕਿਵੇਂ ਕੋਈ? ਪਿਛਲਾ ਰਿਕਾਰਡ ਤਾਂ ਕਲੀਨ ਸੀ ਇਹਨਾਂ ਦਾ। ਇਹਨਾਂ ਨੇ ਕੋਈ ਜਵਾਬ ਦੇ ਨਹੀਂ ਪਾਏ ਜਾਂ ਕਿਵੇਂ ਜੀ ਲੱਗਦਾ? ਤੁਹਾਨੂੰ ਕੋਈ ਦਿਖਾ ਨਹੀਂ ਪਾਏ ਕਾਗਜ਼ ਕਿੱਥੋਂ ਆ ਰਹੇ ਸੀ ਪੈਸੇ ਲੈ ਕੇ? ਨਹੀਂ ਜੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ? ਹੁਣ ਕੈਸ਼ ਇਹਨਾਂ ਦਾ ਜ਼ਬਤ ਹੋ ਗਿਆ ਜੀ, ਅਤੇ ਇਨਕਮ ਟੈਕਸ ਕਾਰਵਾਈ ਕਰੂਗਾ ਜਿਹੜੀ ਕਰਨੀ ਇਹਨਾਂ ਦਾ। ਇਹ ਜੀ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ 'ਤੇ, ਅਤੇ ਇੱਕ ਇੰਡੈਵਰ ਗੱਡੀ ਅਸੀਂ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ, ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼